ਕੀ ਜ਼ਿੰਦਗੀ ਮਾਨੀ ਸਾਡੀ ਯਾਰ, ਕਦੀ ਕੰਮ ਮਿਲਦਾ ਤੇ ਅਸੀਂ ਆਪ ਛੱਡ ਦਿੰਨੇ ਆ, ਜਦੋਂ ਨਹੀਂ ਮਿਲਦਾ ਤੂੰ ਖੱਜਲ ਹੁੰਦੇ ਉਤੋਂ ਮਾਸ਼ਾਅੱਲਾ ਸਾਡੀ ਮੋਟਰਸਾਈਕਲ ਵੇ। ਅੱਜ ਕੱਲ ਤੇ ਕੰਮ ਵੀ ਕੋਈ ਨਹੀਂ ਹੈਗਾ, ਉਤੋਂ ਬੌਸ ਵੀ ਨਹੀਂ ਹੈਗਾ ਯਾਰ, ਕਿੱਥੇ ਚਲਾ ਗਿਆ ਬੌਸ? ਤੇਰੀ ਗੱਲ ਹੋਈ ਬੌਸ ਨਾਲ? ਆਹੋ, ਮੇਰੀ ਗੱਲ ਹੋਈ ਹੈ ਬੌਸ ਨਾਲ ਯਾਰ। ਕੀ ਕਹਿ ਰਹੇ? ਉਹ ਕਹਿ ਰਿਹਾ ਸੀ ਵੇਖਣਾ ਵਾ, ਲੇਕਿਨ ਮੈਨੂੰ ਸਮਝ ਨਹੀਂ ਆਈ ਕਿ ਮੈਂ ਆਣਾ ਕਿ ਨਹੀਂ ਆਣਾ, ਲੱਗਦਾ ਆਈਏਗਾ। ਚੱਲ ਵੇਖ ਲੈਂਦੇ ਆ, ਚੱਲ ਉਹਨੂੰ ਤੇ ਛੱਡ ਪਹਿਲੇ, ਇਹਦਾ ਕੀ ਕਰਨਾ ਮੋਟਰਸਾਈਕਲ ਦਾ? ਇਹਦਾ ਕੀ ਕਰਨਾ, ਮੈਂ ਕਹਿੰਦਾ ਸਹੀ ਕਰਾਈ, ਹੋਰ ਕੀ ਕਰਨਾ ਫਿਰ? ਪੈਸੇ ਆਏ ਤੇਰੇ ਕੋ? ਤੇਰੇ ਕੋ ਹੈਗੇ ਨੇ? ਮੈਂ ਤੇਰੇ ਕੋ ਪੁੱਛ ਰਿਹਾ, ਤੂੰ ਮੇਰੇ ਕੋ ਪੁੱਛ ਰਿਹਾ? ਤੇਰੇ ਕੋ ਹੈਗੇ ਨੇ? ਪਹਿਲੇ ਮੈਨੂੰ ਦੱਸ। ਮੇਰੇ ਕੋ ਹੁੰਦੇ ਤੇ ਮੈਂ ਆਪਣੀ ਨਾ ਲੈ ਲੈਂਦਾ। ਓਏ ਅਸੀਂ ਤੇ ਬੌਸ ਨੂੰ ਬੁਲਾਇਆ, ਤੂੰ ਕਿੱਧਰ ਆ ਗਿਆ? ਉਹ ਨਵੀਂ ਲਈਏ। ਐ ਗੱਲ ਛੱਡੋ, ਕੰਮ ਕੀ ਹੈ ਦਵਾ ਦਾ ਦੱਸੋ। ਯਾਰ ਮੇਰੀ ਗੱਲ ਸੁਣ, ਕੰਮ ਅਸੀਂ ਕਰਨਾ ਬੜਾ ਧੰਮਲ ਨਾਲ, ਤਾਂ ਅਸੀਂ ਬੌਸ ਨੂੰ ਬੁਲਾ ਰਹੇ ਸੀ, ਤੂੰ ਹਰ ਪਾਸੇ ਨਾ ਲੜਨ ਨੂੰ ਪੈਣਾ, ਤਾਂ ਹੀ ਤੈਨੂੰ ਨਹੀਂ ਦੱਸ ਦੇ। ਬਈ ਤੂੰ ਇਹ ਗੱਲ ਕਰਕੇ ਮੈਨੂੰ ਮੇਰਾ ਖੂਨ ਜੋਸ਼ ਦਵਾ ਰਿਹਾ। ਬੌਸ ਦਾ ਫਾਰਮ ਹਾਊਸ ਹੈਗਾ। ਅੱਛਾ, ਤੇ ਉਹਦੇ ਤੇ ਕਿਸੇ ਨੇ ਕੀਤਾ ਹੈ ਕਬਜ਼ਾ, ਤੇ ਅਸੀਂ ਉਹ ਛੁਡਾਉਣਾ। ਲੈ ਗਏ, ਚਲੋ ਮੈਨੂੰ ਦਵਾ ਦਾ ਉੱਥੇ ਬੈਠੋ। ਓਏ ਆਪਣੀ, ਓਏ ਆਪਣੀ ਮੋਟਰਸਾਈਕਲ ਤੇ, ਆਪਣੀ ਆਪਣੀ ਮੋਟਰਸਾਈਕਲ ਤੇ। ਮੇਰਾ ਅੱਬਾ ਮੈਨੂੰ ਮਾਰੇਗਾ, ਮੇਰੀ ਮੋਟਰਸਾਈਕਲ ਤੇ ਨਹੀਂ ਪੈਣਾ। ਓਏ ਤੂੰ ਵੀ ਜਾਣਾ ਹੀ? ਬੈਠੋ ਬੈਠੋ, ਓਏ ਆਪਣੀ ਮੋਟਰਸਾਈਕਲ ਲੈ ਗਏ ਚਲੋ ਮੈਨੂੰ। ਬਸ 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 ਓਏ ਬਸ ਬਸ ਬਸ, ਐਹੀ ਤੇਰੇ ਭਰਾ ਦਾ ਫਾਰਮ ਹਾਊਸ ਜਿਹਦੇ ਤੇ ਕਬਜ਼ਾ ਨਹੀਂ ਕੀਤਾ ਤੈਨੂੰ ਦੱਸਿਆ। ਛੁਡਾ ਲਾਂਗੇ, ਕੋਈ ਗੱਲ ਨੀ, ਛੁਡਾ ਲਾਂਗੇ। ਚਲੋ ਇਹ ਆ ਗਿਆ ਜੇ ਫਾਰਮ ਹਾਊਸ। ਅੱਛਾ, ਤੇ ਭਵਾਨ ਜੀ ਬੂਹਾ ਖੜਕਾ ਲਓ। ਤੁਸੀਂ ਕਿਉਂ ਨੀ ਖੜਕਾ ਰਹੇ ਬੂਹਾ? ਭਵਾਨ ਜੀ ਅੰਦਰ ਕੁੱਤੇ ਹੈਗੇ ਨੇ। ਲੈ ਤੁਸੀਂ ਇੰਜ ਕਹਿ ਰਹੇ ਹੋ ਜੀ, ਕੁੱਤੇ ਮੇਰੇ ਵਾਕਫ ਨੇ, ਚਲੋ ਮੇਰੇ ਨਾਲ ਆਓ। ਹਾਂਜੀ ਭਾਈ, ਕਿੱਧਰ ਬਈ? ਕਿੱਧਰ ਕਿੱਧਰ ਭਾਈ, ਕਿੱਧਰ? ਅੱਛਾ, ਤੇ ਇਹ ਬੌਸ ਦਾ ਫਾਰਮ ਹਾਊਸ। ਬੌਸ ਨੇ ਏਡਾ ਵੱਡਾ ਫਾਰਮ ਹਾਊਸ ਬਣਾ ਲਿਆ, ਦੱਸਿਆ ਵੀ ਨੀ ਅੰਦਰ। ਓਏ ਕਿੱਥੇ ਗਏ ਨੇ? ਅੰਦਰ ਆਓ। ਤੁਸੀਂ ਫੇਰ ਆ ਗਏ ਹੋ, ਸਾਨੂੰ ਰੋਜ਼ ਤੰਗ ਕਰਾਉਣ ਵਾਸਤੇ ਆਏ ਨੇ ਤੁਸੀਂ? ਕੀ ਮਤਲਬ ਹੈ ਰੋਜ਼ ਆਏ ਨੇ ਭਾਈ ਤੰਗ ਕਰਾਉਣ ਵਾਸਤੇ ਸਾਨੂੰ? ਤੁਸੀਂ ਤੇ ਮੈਨੂੰ ਕਹਿ ਰਹੇ ਹੋ ਬੌਸ ਦਾ ਫਾਰਮ ਹਾਊਸ, ਇਹ ਬੌਸ ਦਾ ਫਾਰਮ ਹਾਊਸ ਨਹੀਂ ਹੈਗਾ? ਹੈ ਕੀ? ਅਜੇ ਜ਼ਫਰੀ ਖਾਨ ਦਾ ਫਾਰਮ ਹਾਊਸ ਹੈ ਨੇ। ਇਹ ਰੋਜ਼ ਤੋਂ ਵੀ ਸਾਨੂੰ ਤੰਗ ਕਰਨ ਵਾਸਤੇ ਆਏ ਨੇ, ਰੋਜ਼ ਦੇ ਰੋਜ਼ ਹੀ। ਅੱਛਾ, ਹਾਂਜੀ ਤੁਸੀਂ ਇਹ ਸ਼ਰੀਫ ਆਦਮੀ, ਤੁਸੀਂ ਇਹਨਾਂ ਨੂੰ ਸਮਝਾਓ ਇਹ ਰੋਜ਼ ਸਾਨੂੰ ਤੰਗ ਕਰਨ ਆਏ ਨੇ ਭਾਈ। ਤੁਸੀਂ ਰੋਜ਼ ਆਉਂਦੇ ਹੋ, ਚਲੋ ਅੱਜ ਮੈਂ ਵੀ ਤੁਹਾਡੇ ਨਾਲ ਆਈ ਹੋ। ਔਰ ਚਲੋ ਆ ਗਏ ਤੇ ਹੁਣ ਆਜੋ ਯਾਰ, ਅਸਲਾਮ ਵਾਲੇਕੁਮ ਭੈਣ ਦੇ ਭਰਾਓ, ਮੈਂ ਤੁਹਾਡਾ ਆਪਣਾ ਜ਼ਫਰੀ ਖਾਨ, ਤੇ ਅੱਜ ਵੀ ਬਹੁਤ ਸਰਦੀ, ਚੰਗੀ ਭਲੀ ਠੰਡ, ਤੁਹਾਨੂੰ ਦਿਖਾਉਂਦੇ ਹਾਂ ਠੰਡੀ ਹਵਾ ਚੱਲ ਰਹੀ ਹੈ, ਦੇਖੋ ਮੇਰਾ ਚੁੱਲ੍ਹਾ ਨੀ ਸੇਕ ਲੋ ਰਿਹਾ। ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਨਲੀ ਕੀਮਾ, ਯਾਨੀ ਕਿ ਨਲੀਆਂ ਵਾਲਾ ਕੀਮਾ ਬਣਾਵਾਂਗੇ ਅਸੀਂ ਅੱਜ, ਠੀਕ ਹੈ ਜੀ? ਬੀਫ ਦਾ ਕੀਮਾ ਅਸੀਂ ਜਿਹੜਾ ਪਾਵਾਂਗੇ ਥੋੜ੍ਹਾ ਜਿਹਾ ਆਇਲ, ਮੈਂ ਚਾਹ ਰਿਹਾ ਕਿ ਅਸੀਂ ਨਾ ਆਇਲ ਦੇ ਵਿੱਚ ਹੀ ਕੀਮਾ ਭੁੰਨੀਏ। ਬਿਸਮਿਲਲਾਹ ਰਹਿਮਾਨ ਰਹੀਮ। ਅਸੀਂ ਸਿਰਫ ਪਾਣੀ ਨਹੀਂ ਪਾਉਣਾ ਇਹਦੇ ਵਿੱਚ, ਅਸੀਂ ਇਹਦੇ ਵਿੱਚ ਹੀ ਇਹਨੂੰ ਪਕਾਵਾਂਗੇ ਕੀਮੇ, ਬਾਕੀ ਸਾਡੀ ਪੇਸਟ ਵੇਸਟ ਸਾਰੀ ਇਕੱਠੀ ਹੋਈ ਸਾਡਾ। ਅਸਲਾਮ ਵਾਲੇਕੁਮ ਜੀ, ਸਭ ਭੈਣਾਂ ਭਾਈਆਂ ਨੂੰ ਅਸਲਾਮ ਵਾਲੇਕੁਮ, ਖੈਰ ਹੋਵੇ।
ਜੀ ਆਇਲ ਸਹੀ ਗਰਮ ਨਹੀਂ ਹੋਇਆ ਮੇਰੇ ਜੀ ਜੀ ਸ਼ਰਸ਼ਰ ਹੋਏਗੀ ਰਾਜ ਜੀ ਠੰਡ ਜਿੰਨੀ ਆਇਲ 10 ਮਿੰਟ ਲਾਏਗਾ ਨਾ ਹੀ ਪੁੱਛੋ ਕਿਉਂ ਚੱਲ ਦੱਸ ਦੇ ਇਹ ਮਾਸ਼ਾਅੱਲਾ ਸਾਡੇ ਬੌਸ ਦਾ ਛੋਟਾ ਭਰਾ ਅੱਛਾ ਤੁਹਾਡਾ ਜਿਹੜਾ ਬੌਸ ਨਿੱਕਾ ਜਿਹਾ ਅੱਗੋਂ ਉਹਦਾ ਭਰਾ ਵੀ ਹੈਗਾ ਵੇਖ ਲਓ ਇਹਨੂੰ ਤੇ ਤੂੰ ਵੜਨ ਹੀ ਨਾ ਦਿਆ ਕਰ ਖਰਾਬ ਕਰਦਾ ਅਗਰ ਆਪਕੋ ਹਮ ਇਤਨੇ ਬੁਰੇ ਲਗਤੇ ਹਮਾਰਾ ਨਾ ਅੱਛਾ ਨਹੀਂ ਲਗਤਾ ਨਲੀਆਂ ਬਾਕੀ ਕਿਸਮਤ ਹੋਵੇ ਤੇ ਇਹੋ ਜੀ ਪਹਿਲੀ ਵਾਰੀ ਆਇਆ ਤੇ ਕੀਮਾ ਨਲੀਆਂ ਮੂੰਹ ਚੰਡਾ ਖਾਣ ਵਾਲਾ ਜੀ ਠੀਕ ਹੈ ਸਭ ਠੀਕ ਹੈ ਕਰ ਲਿਆ ਰੋਟੀਆਂ ਪਕਵਾਣੀਆਂ ਸਾਡੇ ਕੋਲ ਇਹ ਜੀ ਸਾਡਾ ਅਦਰਕ ਲਸਣ ਜੀ ਹਵਾ ਚੱਲ ਰਹੀ ਹੈ ਤੇ ਚੁੱਲ੍ਹਾ ਸਾਡਾ ਥੋੜਾ ਜਿਹਾ ਐ ਨੂੰ ਬਹੁਤਾ ਸੇਕ ਦੇ ਰਿਹਾ ਪਾਣ ਵੇਖਿਆ ਜੀ ਕੀ ਬਾਤ ਹੈ ਇਹ ਦੋ ਅੱਖਾਂ ਦਾ ਗੁੱਡਾ ਹੁੰਦਾ ਪਿਆਜ਼ ਦਾ ਨੇਪ ਚ ਪਾ ਲਿਆ ਮੈਨੂੰ ਬੋਸ ਮੇਰਾ ਵੱਡਾ ਭਰਾ ਹੈ ਉਹਦੇ ਫਾਰਮ ਹਾਊਸ ਤੇ ਇਹਨਾਂ ਨੇ ਮੈਨੂੰ ਸਪੈਸ਼ਲ ਬੁਲਾਇਆ ਕਿ ਫਾਰਮ ਹਾਊਸ ਦਾ ਕਬਜ਼ਾ ਛੁਡਾਉਣਾ ਤੁਸੀਂ ਕਬਜ਼ਾ ਤੇ ਮੈਂ ਤੈਨੂੰ ਬੂਹੇ ਦਾ ਲਾ ਕੇ ਦੇ ਦੇਣਾ ਲਸਣ ਅਦਰਕ ਦੇ ਵਿੱਚ ਯਾਨੀ ਕਿ ਥੋਮ ਤੇ ਅਦਰਕ ਦੇ ਵਿੱਚ ਕੀਮਾ ਭੁੱਜ ਰਿਹਾ ਜੀ ਕੀ ਬਾਤ ਕੱਚੀਆਂ ਖਾ ਲੋ
ਬਾਕੀ ਅੱਜ ਅੱਗ ਸਾਡੀ ਜਿਹੜੀ ਹੈ ਥੋੜੀ ਜਿਹੀ ਹਲਕੀ ਹੈ, ਮੈਂ ਚਾਹ ਰਿਹਾ ਕਿ ਸ਼ਰਸ਼ਾ ਹੋਵੇ ਅੱਗ ਦੀ ਅਲਾਈਨਮੈਂਟ ਆਉਂਦੇ ਹਾਂ ਸਾਡੇ ਸਾਰਾ ਭੁਆਨ ਹੈਗਾ ਜੀ ਨਾ ਇਹ ਬੜਾ ਕਰਦਾ ਜੇ ਔਖਾ ਪਾਣੀ ਮਾਰਿਆ ਜੇ ਮੈਂ ਮਾਰ ਲਿਆ ਉਹਦੇ ਵਿੱਚ ਬੱਸ ਵੱਜੀ ਤੇ ਕਹਿੰਦਾ ਉਹ ਔਖਾ ਲਓ ਜੀ ਇਹ ਹੁਣ ਸਾਡਾ ਅਦਰਕ ਲਸਣ ਤੇ ਹਰੀ ਮਿਰਚ ਚ ਕੀਮਾ ਪਾ ਕੇ ਨਲੀਆਂ ਤੁਹਾਨੂੰ ਖਵਾਵਾਂਗੇ ਅੱਜ ਤੁਹਾਨੂੰ ਮਜ਼ਾ ਆ ਜਾਏਗਾ। ਪਾਸੇ ਤਾਂ ਥੋੜਾ ਸਾਈਡ ਤੋਂ ਯਾ ਭੁਆਨ ਡੰਦੀ ਵੀ ਵੜ ਦਿੰਦਾ ਹੁੰਦਾ ਜੀ ਤੁਸੀਂ ਲਿਆਏ ਹੋ ਕੀ ਲਿਆਏ ਹੋ ਨਾਲ ਪਾਣੀ ਬਣਾ ਪਿਆਜ਼ ਇਹ ਜੀ ਸਾਡਾ ਪਿਆਜ਼ ਬਿਸਮਿਲਲਾ ਖੈਰ ਖੈਰ ਕਿਆ ਬਾਤ ਹੈ ਕਿੰਨੇ ਚ ਪਿਆਜ਼ ਪੈ ਰਿਹਾ ਉਹ ਖੈਰ ਹੋਰ ਪਿਆਜ਼ ਚ ਕੀਮਾ ਪਾ ਦਈਏ ਨਹੀਂ ਭੁਆਨ ਹੋਰ ਕੀਮਾ ਗਾਰੇ ਚ ਪੈਂਦਾ ਉਹ ਖੈਰ ਟਮਾਟਰ ਵੀ ਪੈ ਗਏ ਜਾਂ ਸਾਡੀ ਪੱਕ ਜਾਏਗੀ ਤੇ ਜਾਂ ਇਹਦੀਆਂ ਨਜ਼ਰਾਂ ਤੋਂ ਥੱਲੇ ਡਿੱਗ ਪਏ ਉਹ ਖੈਰ ਫਿੱਟੇ ਮੂੰਹ ਆਪਣੇ ਮਸਾਲੇ ਐਡ ਕਰਾਂਗੇ ਥੋੜੇ ਜਿਹੇ ਹੁਣ ਵਾਹ ਭੁਆਨ ਜੀ ਇਹ ਜੀ ਲਾਲ ਮਿਰਚ ਹਲਦੀ ਭਾਵੇਂ ਜਿੰਨੀ ਮਰਜ਼ੀ ਪਾਓ ਜੀ ਤੁਸੀਂ ਹਲਦੀ ਦਾ ਤੇ ਮੈਂ ਪੈਸੇ ਲਾ ਕੇ ਫੇਟਾ ਮੁੰਡੇ ਹਲਦੀ ਗਾਇਆ ਕਰ ਪਤਾ ਗਿਆ ਜਲਦੀ ਹੋਏਗਾ ਤੇਰਾ ਹੋ ਗਿਆ ਮਾਨੇ ਹਾਂ ਮੇਰਾ ਛੱਪੀਆਂ ਵੀ ਹੋ ਗਿਆ ਏਡੀ ਹਲਦੀ ਖਾ ਲਈ ਗਰਮ ਮਸਾਲਾ ਕਾਲੀ ਮਿਰਚ ਸਾਡੀ ਕਲਵੰਜੀ ਲੱਗਦਾ ਮੁੱਕ ਗਈ ਜਾਂ ਦੂਸਰੇ ਡੱਬੇ ਚ ਪਈ ਇੱਧਰ ਦਾ ਹੋ ਗਿਆ ਇਹਨੇ ਕਰਜ਼ਾ ਲੈਣਾ ਮੈਨੂੰ ਲੱਗਦਾ ਇਹਨੇ ਨਾਮ ਦੇ ਉੱਤੇ ਹਲੀਮ ਲੈਣੀ ਇਹ ਦੇਖੋ ਜੀ ਸਾਡਾ ਤਾਂ ਜਲਦੀ ਆਓ ਜੀ ਭੈਣ ਭਰਾ ਵੇਖ ਲੈ ਹੁਣ ਅਸੀਂ ਪਾਣੀ ਨੀ ਪਾਇਆ ਅਸੀਂ ਆਇਲ ਦੇ ਵਿੱਚ ਹੀ ਉਹ ਕੀਮਾ ਸਾਡਾ ਪੱਕੇਗਾ ਰੋਟੀਆਂ ਦਾ ਕੀ ਕਰਨਾ ਨਹੀਂ ਤੁਸੀਂ ਕਿਹੜੀ ਸਾਦੀ ਰੋਟੀ ਖਾਣੀ ਖੰਬੀਰੀ ਤੂੰ ਕਿਹੜੀ ਖਾਣੀ ਖੰਬੀਰੀ ਤੂੰ ਸਾਦੀ ਤੂੰ ਸਾਦੀ ਸਾਦੀ ਤੂੰ ਖੰਬੀਰੀ ਖਾਣੀ ਹੈ ਕਿ ਸਾਦੀ ਸਾਦੀ ਤੂੰ ਸਾਦੀ ਇੱਕ ਦੋ ਤਿੰਨ ਬੰਦੇ ਸਾਦੀਆਂ ਵਾਲੇ ਚਾਰ ਬੰਦੇ ਸਾਦੀਆਂ ਵਾਲੇ ਤੇ ਦੋ ਬੰਦੇ ਤੁਸੀਂ ਇਸ ਤਰ੍ਹਾਂ ਕਰੋ ਕਿ 12 ਰੋਟੀਆਂ ਸਾਦੀਆਂ ਲੈ ਆਓ ਤੇ 8 ਕੁ ਖਮੀਰੀਆਂ ਲੈ ਆਓ ਓਕੇ ਜੀ ਪੈਸੇ ਇਹਨਾਂ ਕੋਲ ਲੈ ਲਓ ਜਾਓ ਜੀ ਸ਼ੁਕਰ ਹੈ ਮੈਂ ਰੋਟੀ ਖਾ ਕੇ ਥੋੜੀ ਜਿਹੀ ਪੁਦੀਨੇ ਦੀ ਚਟਨੀ ਮਾਣਾ ਸਾਹਿਬ ਯਾਰ ਥੋੜੀ ਜਿਹੀ ਪੁਦੀਨੇ ਦੀ ਚਟਨੀ ਹੈਗੀ ਆ
ਥੋੜੀ ਪੀ ਪਤੀਲੇ ਦੀ ਚਟਨੀ ਬਣਾਓ ਜਰਾ ਕੀਮਾ ਸਾਡਾ ਪੱਕ ਰਿਹਾ ਬਸ 10 ਮਿੰਟ ਬਾਅਦ ਸਾਡੀ ਆਂਟੀ ਰੈਡੀ ਮਲੀਆਂ ਜਿਹੜੀਆਂ ਨੇ ਅਸੀਂ ਆਲਰੇਡੀ ਰੈਡੀ ਕੀਤੀਆਂ ਸੀ ਅਸੀਂ ਤਾਂ ਵਿੱਚ ਪਾਈਆਂ ਕਿ ਨਾਲ ਨਾਲ ਜ਼ਰਾ ਪੱਕਦੀਆਂ ਰਹਿਣਗੀਆਂ ਅਸੀਂ ਇਸ ਲਈ ਨਲੀਆਂ ਜਰਾ ਬਾਅਦ ਚ ਪਾਈਆਂ ਨੇ ਕਿ ਜਰਾ ਵਿੱਚ ਰਚ ਜਾਣ ਕਿਉਂਕਿ ਅਸੀਂ ਨਲੀਆਂ ਉਬਾਲ ਲਈਆਂ ਅਸਲ ਕਿਉਂਕਿ ਅੰਜ ਕੀਮੇ ਚ ਪਕੜਿਆ ਨਹੀਂ ਸੀ ਉਹਨਾਂ ਨੇ ਹਾਂ ਸਾਹਿਬ ਜ਼ਰੂਰੀ ਹੈਗੀਆਂ ਉਬਾਲਣੀਆਂ ਨਲੀਆਂ ਇਹ ਜਰਾ ਸਖ਼ਤ ਹੁੰਦਾ ਨਾ ਗੋਸ਼ਤ ਇਹਨਾਂ ਦੇ ਨਾਲ ਜਿਹੜਾ ਹੁੰਦਾ ਸੁਣ ਲੈ ਭਵਾਨ ਕੀਮਾ ਤੇ ਨਲੀਆਂ ਜਿਹੜੀਆਂ ਨੇ ਜਰਾ ਆਇਲ ਚ ਪੱਕ ਜਾਣ ਨਾਲ ਸਾਡੇ ਆਇਲ ਚ ਸਾਡਾ ਕੀਮਾ ਪੁੱਜ ਰਿਹਾ ਠੀਕ ਹੈ ਜੀ ਬਸ ਸਾਹਿਬ ਬਿਹਤਰੀਨ ਮਾਨਾ ਬਸ ਰੋਟੀਆਂ ਲੈ ਆਵੇ ਤੇ ਰੈਡੀ ਥੋੜੀ ਸਲਾਦ ਬਣਾਓ ਜਰਾ ਲਿਆ ਕੇ ਖੀਰੇ ਪਿਆਜ਼ ਵਗੈਰਾ ਬਣਾਓ ਇਹ ਜੀ ਸਾਡਾ ਤਕਰੀਬਨ 5-6 ਮਿੰਟ ਦਾ ਦਮ ਆ ਗਿਆ ਇਹਦੇ ਸਾਡੀਆਂ ਨਲੀਆਂ ਤੇ ਕੀਮਾ ਪੱਕ ਰਿਹਾ ਉਸਤਾਦ ਜੀ ਹਾਂਜੀ ਮੇਰਾ ਦਿਲ ਤੁਹਾਨੂੰ ਕਹਿ ਰਿਹਾ ਪਰ ਤੁਸੀਂ ਮੈਨੂੰ ਕੁਝ ਆਖਿਓ ਨਾ ਕੀ ਹੋਇਆ ਜਿਹੜੀ ਮੈਂ ਨਲੀਆਂ ਦੀ ਜਖਣੀ ਨੀ ਕੱਢੀ ਆਹੋ ਪਈ ਦੇਸ਼ ਮੇਰਾ ਦਿਲ ਇਹਦੇ ਵਿੱਚ ਇੱਕ ਚੌਲਾਂ ਦਾ ਗਲਾਸ ਪਾ ਲਵਾਂ ਯਾਨੀ ਕਿ ਮੈਂ ਅੱਜ ਚੌਲ ਨਹੀਂ ਬਣਾ ਰਿਹਾ ਕਿ ਮੈਂ ਅੱਜ ਰੋਟੀ ਖਾਵਾਂਗਾ ਉਹ ਫਿਰ ਵੇਖੋ ਮੈਨੂੰ ਲਾਲਚਾ ਦੇਈ ਜਾ ਰਿਹਾ ਮੇਰਾ ਉਹ ਰੋੜਾ ਨੂੰ ਦਿਲ ਨਹੀਂ ਕਰ ਰਿਹਾ ਨਹੀਂ ਰੋੜਨਾ ਕਿਉਂ ਹੈ ਤੂੰ ਫੜਾਓ ਯਖਰੀ ਕਿੱਥੇ ਵੇ ਫਿਰ ਐ ਵੇਖੋ ਕੀ ਕੀਰੇ ਨੂੰ ਠੰਡ ਲੱਗ ਰਹੀ ਪਾਣੀ ਪਾ ਉਹ ਕਹਿ ਰਿਹਾ ਸੀ ਜੇ ਮਾਮਾ ਯਖਨੀ ਹੱਡੀਆਂ ਦੀ ਇਹ ਤੇ ਪਾਵੇ ਨੇ ਇਹਨਾਂ ਚ ਜੇ ਬਾਕੀ ਜੇ ਦੋ ਗਲਾਸ ਚੌਲਾਂ ਦੇ ਪੈ ਗਏ ਤੇ ਕਿਆ ਕਮਾਲ ਦਾ ਪਲਾਓ ਬਣਨਾ ਅੱਛਾ ਗੱਲ ਸੁਣੋ ਉੱਥੇ ਜਾਓ ਜਰਾ ਤੇ ਮੂਲੀ ਚੰਗੀ ਜੀ ਕੱਢ ਕੇ ਲਿਆਓ ਤੇ ਨਾਲ ਥੋੜਾ ਧਨੀਆ ਤੋੜ ਕੇ ਲਿਆਓ ਸਾਹਿਬ ਅਸਾਂ ਮੈਂ ਵੀ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕੀ ਗੱਲ ਜੀ ਅਗਰ ਯਖਨੀ ਚ ਖੀਰੇ ਪਈ ਜਾਂਦੇ ਤੂੰ ਇਹ ਕਰ ਤੂੰ ਯਖਨੀ ਚ ਖੀਰੇ ਪਾ ਲੈ ਅੱਛਾ ਜੀ ਤੇ ਮੈਂ ਤੇਰੇ ਮੂੰਹ ਤੇ ਦੋ ਖੀਰੇ ਪਾ ਲੈ ਕਿਹੜੇ ਪਾ ਕਿਹੜੇ ਜਿਹੜੇ ਅੱਖਾਂ ਉੱਤੇ ਨਹੀਂ ਕਰਕੇ ਰੱਖੀ ਦੇ ਕਿਉਂਕਿ ਮੈਂ ਸਮਝਾਂਗਾ ਮਸਾਜ ਹੋ ਰਿਹਾ ਮਸਾਜ ਹੋ ਰਿਹਾ ਜਾਓ ਤੇਰਾ ਮੂਲੀ ਕੱਢ ਕੇ ਲਿਆਓ ਤੇ ਧਨੀਆ ਵਾਹ ਜੀ ਵਾਹ ਹੈਲੋ ਜੀ ਪਹਿਲੇ ਧਨੀਆ ਚਲਾ ਚਲੀਏ ਧਨੀਆ ਕਿੱਧਰ ਮੈਂ ਕੱਟ ਲਾਂਗਾ ਪਹਿਲੇ ਵੀ ਮੂਲੀ ਖਰਾਬ ਕਰਤੀ ਮਰੇ ਮੇਰੀ
ਚਲੋ ਜੀ ਚਲੋ ਬੜਾ ਨੀ ਇੰਨਾ ਚੱਲ ਵੀ ਪੜ ਲੈਂਦਾ ਮੇਰੇ ਖਿਆਲ ਨਾਲ ਬੜਾ ਆਏਗਾ ਬਹੁਤ ਇਹ ਵੀ ਕੱਟ ਲੈਣਾ ਚਲੋ ਫਿਰ ਕੱਟ ਲਓ ਫਰੀਦ ਹੈ ਫਰੀਦ ਹੈ ਤੁਸੀਂ ਰੇੜੀ ਲਾ ਦੇ ਬੜਾ ਇਸ ਤੋਂ ਵੱਧ ਕੀਤਾ ਤਾਂ ਫਿਰ ਵਾਪਸ ਲਾਉਣਾ ਪੈ ਜਾਣਾ ਮੂਲੀਆਂ ਤੋੜ ਕੇ ਲੈ ਆਏ ਹੋ ਜ਼ਾਲਮੋ ਉਹ ਆਣ ਸੀ ਨਾ ਜਰਾ ਪੁੱਟਤੀ ਅਮਾ ਇਹ ਤਾਂ ਚੰਗੀ ਤਰ੍ਹਾਂ ਧੋ ਕੇ ਲਿਆ ਆਇਆ ਬੜਾ ਖਾਲਸਾ ਜੀ ਯਖਨੀ ਆ ਗਈ ਬੋਲੀ ਇਹ ਸਾਡੀ ਯਖਨੀ ਆ ਗਈ ਇੱਥੇ ਰੱਖੋ ਖਾਲਸਾ ਸਾਹਿਬ ਪਿਆਸ ਆ ਗਿਆ ਇਹ ਆਇਲ ਥੋੜਾ ਜਿਹਾ ਹੀ ਪਾਵਾਂਗੇ ਕਿਉਂਕਿ ਉਹ ਇਹ ਥੋੜਾ ਲਓ ਜੀ ਯਖਨੀ ਵੀ ਸਾਡੀ ਆ ਗਈ ਇਹਦੇ ਚ ਵੀ ਆਇਲ ਹੈ ਇਸ ਲਈ ਅਸੀਂ ਥੋੜਾ ਜਿਹਾ ਘੱਟ ਆਇਲ ਪਾਇਆ ਲਓ ਜੀ ਇਹ ਸਾਡਾ ਕੀਮਾ ਦਮ ਤੇ ਸਾਡਾ ਪਿਆਜ਼ ਵੀ ਯਖਨੀ ਦਾ ਜ਼ਰਾ ਪੁਲਾਓ ਦਾ ਥੋੜਾ ਜਿਹਾ ਇਹ ਜਦੋਂ ਤੱਕ ਕਾਲਾ ਨਹੀਂ ਹੋਏਗਾ ਉਦੋਂ ਤੱਕ ਹਾਂਜੀ ਫੇਰ ਜੀ ਕਿੱਥੋਂ ਫੜ ਕੇ ਕਿੱਥੋਂ ਲਿਆਏ ਹੋ ਇਹਨੂੰ ਤੁਸੀਂ ਬਦਮਾਸ਼ ਟੈਪ ਹੈਗਾ ਜੀ ਆਪਣੇ ਵੱਲੋਂ ਸਾਡੇ ਵਰਗਾ ਹੀ ਮਸਕੀਨ ਬਦਮਾਸ਼ ਇਹ ਵੀ ਤੁਸੀਂ ਭਗਵਾਨ ਹੈ ਬਈ ਇਹੋ ਜਿਹੇ ਭਲਵਾਨ ਕੁਸ਼ਤੀ ਟੈਕ ਹੈ ਤੇ ਮੁੜ ਕੇ ਰੋਣ ਲੱਗ ਪੈਂਦੇ ਹੁੰਦੇ ਨੇ ਭਲਵਾਨ ਟੈਕ ਤੇ ਇਹੋ ਜਿਹਾ ਰੋਂਦਾ ਤੇ ਅੱਗੋਂ ਕਹਿੰਦੇ ਹੁੰਦਾ ਕਿ ਅਸੀਂ ਕੀ ਲੱਗਣਾ ਛੋਟਾ ਜਿਹਾ ਜਦੋਂ ਅੰਮੀ ਨੂੰ ਤਲਾਕ ਥੋੜਾ ਜਿਹਾ ਜਵਾਨ ਹੋਇਆ ਤੇ ਅੱਬਾ ਹੀ ਮਰ ਗਏ ਮੁੜ ਕੇ ਵੱਡੀ ਭੈਣ ਨੂੰ ਤਲਾਕ ਹੋ ਗਈ ਮੇਰੀ ਲੱਤ ਤੇ ਜ਼ਹਿਰ ਬਾਦ ਹੋ ਗਿਆ ਵੀ ਤੂੰ ਜੀ ਏਡੇ ਜੋ ਤੂੰ ਨੁਕਸ ਦੇ ਤੇ ਲੜਨ ਆਇਆ ਭਲਵਾਨ ਹੈ ਭਲਵਾਨ ਹੈ ਯਾਰ ਅਮਾਨ ਉੱਲਾ ਖਾਨ ਸਾਹਿਬ ਵੀ ਸੁਭਾਨ ਅੱਲਾਹ ਖਾਨ ਸਾਹਿਬ ਦਾ ਇੱਕ ਵਾਕਿਆ ਮੈਂ ਉਸ ਦਿਨ ਸੁਣ ਰਿਹਾ ਬੜਾ ਹੀ ਪਿਆਰਾ ਥਾ ਕਹਿੰਦੇ ਅਮਾਨ ਸਾਹਿਬ ਕੋ ਨਾ ਉਲਟੀਆਂ ਲੱਗੀ ਵੋਮਿਟਿੰਗ ਹੋ ਰਹੀ ਬੜਾ ਔਖਾ ਸੌਖਾ ਘਰ ਪਹੁੰਚੇ ਨੇ ਤੇ ਉਹਨਾਂ ਦੀ ਵਾਈਫ ਨੇ ਪੁੱਛਿਆ ਕਿ ਹਾਂਜੀ ਖਾਸ ਉਲਟੀਆਂ ਦਾ ਕੀ ਹਾਲ ਹੈ ਕਹਿੰਦੇ ਬਿਹਤਰ ਨੇ ਤੈਨੂੰ ਸਲਾਮ ਕਹਿ ਰਹੀ ਹੈ ਬੜੀ ਅਮਾਨ ਉੱਲਾ ਖਾਨ ਸਾਹਿਬ ਕਿਆ ਬਾਤ ਹੈ ਜੀ ਅਮਾਨ ਉੱਲਾ ਖਾਨ ਸਾਹਿਬ ਇੱਕ ਸਦੀ ਦਾ ਨਾਂ ਹੈ ਬਿਲਕੁਲ ਅੱਲਾਹ ਪਾਕ ਉਹਨਾਂ ਨੂੰ ਜੁਆਰੇ ਰਹਿਮਤ ਚ ਜਗ੍ਹਾ ਆ ਫਰਮਾਏ ਔਰ ਦੂਸਰੀ ਗੱਲ ਹੈ ਕਿ ਸਾਡੇ ਬੜੇ ਮੋਸਟ ਟੀਵੀ ਦੇ ਸੁਪਰ ਸਟਾਰ ਖਾਲਕ ਭੱਟ ਸਾਹਿਬ ਇੰਤਕਾਲ ਕਰ ਗਏ ਨੇ ਅੱਲਾਹ ਪਾਕ ਉਹਨਾਂ ਨੂੰ ਜੰਨਤ ਅਲ-ਫਿਰਦੌਸ ਚ ਜਗ੍ਹਾ ਤਾ ਫਰਮਾਏ ਔਰ ਉਹਨਾਂ ਦੀ ਜਿਹੜਾ ਆਖਰੀ ਸਫ਼ਰ ਹੈ ਉਹ ਅੱਲਾਹ ਪਾਕ ਆਰਾਮ ਦੇ ਤੇ ਸਕੂਨ ਅੱਲਾ ਤੇ ਮਜ਼ੇਦਾਰ ਫਰਮਾ ਨੇ ਇੱਕ ਖਾਨ ਸਾਹਿਬ ਇੱਕ ਹੋਰ ਐਕਟਰ ਵੀ ਸੀ ਜਿਹੜੇ ਮਾਵਾਂ ਦੀ ਮਤਲਬ ਇੱਕ ਗੱਲ ਕਰਦੇ ਹੁੰਦੇ ਸੀ ਮਤਲਬ ਕਿ ਤੂਫਾਨ ਆ ਰਿਹਾ ਤੇ ਤੂਫਾਨੀ ਮਾਂ ਦਾ ਬੱਚਾ ਹੈ ਤੂੰ ਤਾਰਕ ਜਵੇਦ ਸਾਹਿਬ ਓ ਜੀ ਵਾਹ ਤਾਰਕ ਜਵੇਦ ਸਾਹਿਬ ਵੀ ਬੜੇ ਮੋਸਟ ਸੀਨੀਅਰ ਐਕਟਰ ਸਨ ਤਾਰਕ ਜਵੇਦ ਸਾਹਿਬ ਇੱਕ ਡਰਾਮਾ ਸੀ ਉਹਦੇ ਚ ਬੜੇ ਸਨ ਬਲੋਚੀ ਅੱਛਾ
ਤੇ ਉਹਨਾਂ ਦੀ ਜਿਹੜੀ ਸਿਸਟਰ ਭੈਣ ਬਣੀ ਹੈ ਨਾ ਉਹਨਾਂ ਦਾ ਨਾਂ ਹੈ ਅਦੀ 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 ਤੇ ਬੱਬੂ ਬਰਾਲ ਸਾਹਿਬ ਅੱਲਾ 100 ਵਾਰੀ ਜਨਤਾ ਨੂੰ ਘਰ ਕਰਿਆ ਉਹਨਾਂ ਦਾ ਸੀ ਸਟਾਈਲ ਕਿ ਉਹਨਾਂ ਦੀ ਕੰਟੀਨਿਊਟੀ ਸੀ ਅਦੀ ਅੱਛਾ ਅਦੀ ਬੱਬੂ ਬਰਾਲ ਸਾਹਿਬ ਬੜੇ ਨੇ ਪਿੰਡੋਂ ਆਏ ਨੇ ਤੇ ਇਹਨਾਂ ਦੀ ਕੰਟੀਨਿਊਟੀ ਹੈ ਅਦੀ ਤੇ ਤਾਰਕ ਜਵੇਦ ਸਾਹਿਬ ਬਲੋਚੀ ਬੜੇ ਨੇ ਸਿੰਧੀ ਤੇ ਉਹਨਾਂ ਦੀ ਭੈਣ ਦਾ ਨਾਂ ਗੋ ਅਦੀ ਹੈ ਉਹ ਵੱਡੀ ਭੈਣ ਨੂੰ ਕਹਿੰਦੇ ਨੇ ਅਦੀ ਔਰ ਉਹ ਬੱਬੂ ਸਾਹਿਬ ਨੂੰ ਕਹਿਣ ਰੋਟੀ ਖਾਣੀ ਕਹਿਣ ਅਦੀ ਕਹਿਣ ਚਾਹ ਪੀਣੀ ਬੱਬੂ ਸਾਹਿਬ ਕਹਿਣ ਅਦੀ ਤਾਰਕ ਜਵੇਦ ਸਾਹਿਬ ਨੇ ਕਿ ਕੁਹਾੜੀ ਲੈ ਕੇ ਉਹਨਾਂ ਦੇ ਪਿੱਛੇ ਖਲੋਤੇ ਨੇ ਕਿ ਮੇਰੀ ਭੈਣ ਦਾ ਨਾਂ ਲੈ ਉਹ ਅੱਗੇ ਅੱਗੇ ਬੱਬੂ ਸਾਹਿਬ ਪਿੱਛੇ ਪਿੱਛੇ ਤਾਰਕ ਸਾਹਿਬ ਤਮਾ ਸੀਰ ਚ ਡਰਾਮਾ ਹੋਇਆ ਤੂੰ ਇੰਜ ਕਰਕੇ ਫੜ ਲਿਆ ਤੇ ਬੱਬੂ ਸਾਹਿਬ ਕਹਿੰਦੇ ਯਾਰ ਮੈਨੂੰ ਮਾਫ਼ ਕਰ ਦੇ ਮੈਂ ਵੈਸੇ ਹੀ ਕਹਿਣਾ ਅਦੀ ਤੇ ਤੇਰੀ ਅਦੀ ਜਿਹੜੀ ਹੈ ਇਹਦਾ ਖਾਮਲ ਕਿੱਥੇ ਹੈ ਤਾਰਕ ਸਾਹਿਬ ਕਹਿੰਦੇ ਜੀ ਉਹ ਹੈਦਰਾਬਾਦ ਦਾ ਜਿਹੜਾ ਬਾਜ਼ਾਰ ਹੁੰਦਾ ਨਾ ਕਾਲਾ ਬਾਜ਼ਾਰ ਉਹਦੇ ਚੋਂ ਪਾਨ ਵੇਚਦਾ ਸੀ ਤੇ ਮਕਰਾਨੀ ਸੀ ਤੇ ਹਲਕਾ ਜਿਹਾ ਜ਼ਰਖਾ ਸੀ ਅੱਛਾ ਮਕਰਾਨੀ ਸੀ ਜ਼ਰਖਾ ਸੀ ਉਹਨੂੰ ਉਹਦੇ ਕਿਸੇ ਆਸ਼ਕ ਨੇ ਸ਼ੱਕ ਦੀ ਬਿਨਾ ਤੇ ਕਤਲ ਕਰ ਦਿੱਤਾ ਯਾਰ ਤਾਰਕ ਜਵੇਦ ਸਾਹਿਬ ਇੱਕ ਲਾਇਬ੍ਰੇਰੀ ਕਿਆ ਬਾਤ ਹੈਗਾ ਐਡੀ ਲਓ ਜੀ ਹਾਲੀ ਵੀ ਸਾਡੇ ਪਿਆਜ਼ ਨੂੰ 5 ਮਿੰਟ ਦੇ ਕਿਉਂਕਿ ਮੈਂ ਜ਼ਰਾ ਜ਼ਿਆਦਾ ਬਰਾਊਨ ਚਾਵਲ ਖਾਣਾ ਚਾਹ ਰਿਹਾ ਪਿਆਜ਼ ਸਾਡਾ ਹੋ ਰਿਹਾ ਚਲੋ ਉਨੀ ਦੇਰ ਚਲੋ ਗੱਲਾਂ ਤੇ ਹੁੰਦੀਆਂ ਰਹਿਣਗੀਆਂ ਜ਼ਰਾ 2 ਦਿਨ ਜੁਗਤਾਂ ਹੀ ਹੋ ਜਾਣ ਫਿਰ ਇਹਨਾਂ ਨੂੰ ਭਵਾਨ ਨਵਾਂ ਆਇਆ ਇੰਜ ਜੁਗਤ ਥੋੜੀ ਹੁੰਦੀ ਹੈ ਭਵਾਨ ਜੁਗਤ ਕਰੀ ਦੀ ਨਹੀਂ ਮਾਸ਼ਾਅੱਲਾ ਪਾਗਲ ਹੈਗਾ ਲਾ ਸਰਦੀਆਂ ਨਹਾਉਂਦਾ ਨੀ ਪਿਆ ਦੀ ਅੰਮੀ ਕਹਿੰਦੀ ਪੁੱਤਰ ਨਾ ਲਾ ਪਹਿਲਾਂ ਹੀ ਡੋਂਗਾ ਔਖਾ ਹੁੰਦਾ ਭੁਆਲ ਨੇ ਹਿੰਮਤ ਫੜੀ ਨਾਲ ਮਰ ਗਿਆ ਪਹਿਲਾਂ ਡੋਂਗਾ ਸੁੱਟਿਆ ਦੀਵਾਰ ਤੇ ਦੂਜਾ ਪਾਇਆ ਗਸ਼ ਪੈ ਗਈ ਗਰਮ ਮਸਾਲਾ ਦੇ ਦੋ ਇਹਨਾਂ ਦੇ ਘਰ ਵੀ ਮੈਂ ਇੱਕ ਨੀ ਗਿਆ ਬਸ ਅੱਧੇ ਘਰ ਅੱਛਾ ਠੀਕ ਸਾਬਣ ਹੀ ਖਾਈ ਦੇ ਮੈਂ ਕਿਹਾ ਸਾਬਣ ਹੀ ਉਹ ਖਾ ਦੇ ਕਹਿੰਦਾ ਮੇਰੇ ਦਿਲ ਚ ਮੈਲ ਹੈ ਲਓ ਜੀ ਇਹ ਸਾਡਾ ਕੀਮਾ ਮੈਨੂੰ ਵੀ ਭੁੱਖ ਲਵਾ ਰਿਹਾ ਤੁਹਾਡਾ ਪਤਾ ਕੋਈ ਸਤਾਰੀ ਚਾਵਲ ਸੁੱਤੋ ਮਾਮਾ ਚਾਵਲ ਵਿੱਚ ਯਖਨੀ ਕੈਸੀ ਸਾਡੀ ਇਹ ਜੀ ਸਾਡਾ ਉਹ ਜਿਹੜਾ ਯਖਨੀ ਸੀ ਉਹਦਾ ਪਲਾਓ ਉਹ ਜਿਹੜੀਆਂ ਹੱਡੀਆਂ ਦੀ ਯਖਨੀ ਸੀ ਉਹਦਾ ਅਸੀਂ ਪਲਾਓ ਬਣਾ ਲਿਆ ਵੈਸੇ ਮਾਮਾ ਸ਼ਲਾਦਾ ਲੱਗਾ ਜਿਵੇਂ ਦਮ ਉੱਠੇਗਾ ਤੇ ਫਿਰ ਦਮ ਮਾਰੋ ਦਮ ਇਹ ਤੁਹਾਡਾ ਬਹੁਤ ਵਾਲ ਕਿਉਂ ਨੀ ਹੌਲੇ ਕਰਾਉਣ ਡਿਆ ਕਿਤੇ ਮੌਤ ਦੇ ਖੂਹ ਤੇ ਵੀ ਕੰਮ ਕਰ ਲੈਣ ਪਹਿਲੇ ਪੰਜ ਚੜੇ ਲੈਗੀ ਸੀ ਕਦੇ ਨੀ ਘੱਟ ਕਰਾ ਧਨੀਆ ਥੋੜਾ ਜਿਹਾ ਗਾਲ ਲਈਏ ਤੇ ਚਾਵਲ ਵੀ ਸਾਡੇ ਰੈਡੀ ਹੋ ਗਏ ਅਸੀਂ ਹੁਣ ਉਧਰ ਦਸਤਰਖਾਨ ਤੇ ਮਿਲਦੇ ਹਾਂ
ਇਹਦੇ ਆ ਗਏ ਆ ਦਸਤਰਖਾਨ ਤੇ, ਜਿਹਨੇ ਰੋਟੀ ਖਾਣੀ ਹੈ ਰੋਟੀ ਖਾਏ, ਜਿਹਨੇ ਚਾਵਲ ਖਾਣੇ ਉਹ ਚਾਵਲ ਖਾਏ, ਮੈਂ ਤਾਂ ਥੋੜੇ ਜਿਹੇ ਚਾਵਲ ਖਾਵਾਂਗਾ ਕਿਉਂਕਿ ਮਾਮੇ ਨੇ ਏਡਾ ਸੋਹਣਾ ਕਿਹਾ ਕਿ ਯਖਨੀ ਵਾਲਾ ਪਲਾਓ ਏ। ਲਓ ਜੀ ਤੁਸੀਂ ਕੀ ਪਾਉਣਾ ਪਲੇਟ, ਤੂੰ ਰੋਟੀ ਖਾਣੀ ਘੰਟੇ, ਤੂੰ ਵੀ ਰੋਟੀ ਖਾਣੀ, ਤੂੰ ਰੋਟੀ ਖਾਣੀ, ਰੋਟੀ ਖਾਵੀ ਮੈਂ ਚਾਵਲ। ਆ ਗਈ ਜੀ ਮੇਰੀ ਚਟਨੀ, ਇਹ ਆ ਗਏ ਮੇਰੀ ਮੂਲੀਆਂ, ਮੇਰੇ ਖੀਰੇ ਤੇ ਇੱਕ ਬਿਸਮਿਲ੍ਲਾਹਿਰ ਜਾ ਬੈਠਾ ਜਿਹਦੇ ਚ ਬਹੁਤੀ ਹੈ, ਮੈਂ ਉਹ ਲਾ ਲਾ ਮੈਂ ਲੋ ਜੀ ਐ ਤੇ ਹੋ ਗਈ ਨਦੀ, ਠੀਕ ਹੈ ਜੀ ਆਪੇ ਆਪਣੀ ਨਦੀ ਪਾ ਲੈਣੀ ਰੋਟੀ ਦੇ ਮਾਸੀ ਸਲਾਹ ਖਾਈ ਖਾਣੀ ਵੀ ਮੇਰੇ ਨਾਲ ਸਹੀ ਦੇਸੀ ਭਾਨਾ ਦਾ ਕੀਮਾ ਬਣਿਆ। ਹਾਂਜੀ ਭਾਜੀ ਮਜ਼ਾ ਆਇਆ ਜੀ ਅੱਜ, ਫਿਰ ਤੁਹਾਡੀ ਵੀ ਆਵਾਜ਼ ਨਿਕਲੀ, ਮੈਂ ਕਿਹਾ ਹੁਣ ਬੋਲ ਨਹੀਂ ਰਹੇ ਮਨ ਬੋਲਦੀਆਂ ਬੰਦ ਹੋ ਗਈਆਂ ਭਾਈ, ਇੱਥੇ ਆ ਕੇ ਬੋਲਦੀਆਂ ਬੰਦ ਹੀ ਸਾਰੇ।
ਕਿਆ ਖੂਬਸੂਰਤ ਨਲੀ ਦਾ ਮਜ਼ਾ ਆ ਰਿਹਾ ਨਾਲ ਯਖਨੀ ਵਾਲਾ ਪੁਲਾਓ ਅਜੀ ਮਾਮਾ ਜੀ ਵਾਹ ਭਾਈ ਕਿਆ ਬਾਤ ਹੈ ਵਾਕਈ ਕਿਸੇ ਦੀ ਆਵਾਜ਼ ਨਹੀਂ ਆ ਰਹੀ ਕੀਮਾ ਹੀ ਬੜਾ ਟੇਸਟੀ ਬਣਿਆ ਭਾਜੀ ਕੀਮਾ ਹੀ ਬਹੁਤ ਆਲਾ ਬਣਿਆ ਮੈਂ ਕਹਿੰਦਾ ਯਕੀਨ ਕਰ ਸੁਭਾਨ ਬਹੁਤ ਮਜ਼ਾ ਮਾਮਾ ਕੀ ਸੋਹਣੀ ਪਲੇਟ ਲੱਗ ਰਹੀ ਤੇਰੀ ਨਲੀਆਂ ਤੇ ਕੀਮਾ ਮੈਨੂੰ ਲੱਗ ਰਿਹਾ ਮੈਂ ਪਾਗਲ ਹਾਂ ਇਕੱਲੇ ਚਾਵਲ ਖਾਣੇ ਹੋਏ ਲੇਕਿਨ ਮੇਰੇ ਖਿਆਲ ਨਾਲ ਮਜ਼ਾ ਤੁਹਾਨੂੰ ਹੀ ਜ਼ਿਆਦਾ ਆ ਰਿਹਾ ਹੋਣਾ ਚਾਵਲ ਕੀਮਾ ਉਹ ਖਾ ਮੇਰੇ ਫੇਵਰੇਟ ਨੇ ਵੈਸੇ ਥੋੜੇ ਚਾਵਲ ਪਾ ਕੇ ਦਿਓ ਖਾਣਾ ਤੇ ਖਾਣ ਦਿਓ ਇਹ ਅੱਜ ਕੱਲ੍ਹ ਸਰਦੀਆਂ ਨੇ ਦਸ਼ ਹੁੰਦਾ ਪੈ ਰਹੀਆਂ ਨੇ ਬਾਹਰ ਨਲੀਆਂ ਚਲੀਆਂ ਖਾ ਸਕਦੇ ਹੋ ਕੀਮਾ ਮੇਰਾ ਗਰਮਾਇਸ਼ਾਂ ਹੋ ਗਈਆਂ ਅੱਲਾ ਪਾਕ ਸਾਰਿਆਂ ਨੂੰ ਇੰਜ ਵਸੀ ਦੇ ਕਿਤਾਬ ਫਰਮਾਇਆ ਸਾਰੇ ਭੈਣਾਂ ਭਰਾ ਆਪਣੇ ਘਰਾਂ ਚ ਜੀ ਮਤਲਬ ਮੇਰੇ ਖਾਣੇ ਬਣਾ ਕੇ ਖਾਣ ਸਾਡੀ ਦੁਆ ਅਸੀਂ ਸਾਰੇ ਆਪਣੀਆਂ ਦੁਆਵਾਂ ਵਿੱਚ ਤੁਹਾਨੂੰ ਯਾਦ ਰੱਖਾਂਗੇ ਤੁਸੀਂ ਸਾਰੇ ਆਪਣੀਆਂ ਦੁਆਵਾਂ ਵਿੱਚ ਸਾਨੂੰ ਯਾਦ ਰੱਖਣਾ ਅੱਲਾ ਹਾਫਿਜ਼।